ਅੱਜ ਅਸੀਂ ਤੁਹਾਡੀ ਮੁਲਾਕਾਤ ਕਰਵਾਉਣ ਜਾ ਰਹੇ ਹਾਂ ਮਨਜੀਤ ਸਿੰਘ ਰਾਏਕੋਟ ਜੀ ਦੇ ਨਾਲ, ਜੋ ਕਿ ਆਮ ਆਦਮੀ ਪਾਰਟੀ ਦੇ ਨਾਲ ਜੁੜੇ ਹੋਏ ਨੇ। ਸਾਰੀ ਟੀਮ ਨੇ ਮਨਜੀਤ ਸਿੰਘ ਰਾਏਕੋਟ ਜੀ ਨਾਲ ਗੱਲਬਾਤ ਕੀਤੀ, ਜਿਨ੍ਹਾਂ ਨੇ ਦੱਸਿਆ ਕਿ ਜੇ ਸੰਨ 2022 ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਵਿੱਚ ਆਉਂਦੀ ਹੈ ਤਾਂ ਪੰਜਾਬ ਦਾ ਦਿੱਲੀ ਦੀ ਤਰਜ਼ 'ਤੇ ਵਿਕਾਸ ਕੀਤਾ ਜਾਏਗਾ, ਹਰ ਸੰਭਵ ਕੋਸ਼ਿਸ਼ ਕੀਤੀ ਜਾਏਗੀ, ਇੱਥੋਂ ਦੇ ਸਰਕਾਰੀ ਸਕੂਲਾਂ ਨੂੰ ਸਮਾਰਟ ਸਕੂਲਸ 'ਚ ਤਬਦੀਲ ਕਰ ਦਿੱਤਾ ਜਾਵੇ। ਇਹਨਾਂ ਨੇ ਦੱਸਿਆ ਕਿ 600 ਯੂਨਿਟ ਤੱਕ ਬਿਜਲੀ ਮੁਫਤ ਮੁਹੱਈਆ ਕਰਵਾਈ ਜਾਏਗੀ। ਇਹਨਾਂ ਨੇ ਕੇਜਰੀਵਾਲ ਦੀ ਸੋਚ ਨੂੰ ਬਹੁਤ ਸਰਾਇਆ। ਆਓ ਕਰਦੇ ਹਾਂ ਗੱਲਬਾਤ ਮਨਜੀਤ ਸਿੰਘ ਰਾਏਕੋਟ ਜੀ ਦੇ ਨਾਲ। ਮਨਜੀਤ ਸਿੰਘ ਰਾਏਕੋਟ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਪਹਿਲੀ ਤਾਂ ਗੱਲ ਇਹ ਹੈਗੀ ਹੈ, ਮੇਰੇ ਫਾਦਰ ਸਾਹਿਬ ਥਾਣਿਆਂ ਦੇ ਵਿੱਚ ਬਹੁਤ ਘੱਟ ਗਏ ਨੇ ਜੀ। ਥਾਣਿਆਂ ਦੇ ਵਿੱਚ ਬਿਲਕੁਲ ਵੀ ਉਹਨਾਂ ਨੇ ਕੋਈ ਵੀ ਜੇ ਕੰਮ ਕਰਨਾ ਘਰ ਬਿਠਾ ਕੇ ਫੈਸਲਾ ਕਰਨਾ। ਰਹੀ ਗੱਲ ਗਰਾਊਂਡ ਲੈਵਲ 'ਤੇ ਵਿਚਰਨ ਦੀ ਲੋਕਾਂ ਦੇ ਵਿੱਚ, ਹਰ ਕੋਈ ਬੱਚਾ ਵੀ ਆ ਜਾਵੇ, ਬੱਚੇ ਨੂੰ ਵੀ ਉਹਨਾਂ ਨੇ ਜੀ ਕਹਿ ਕੇ ਗੱਲ ਕਰਨੀ ਹੈ ਜੀ। ਅਸੀਂ ਵੀ ਚਲੋ ਲੋਕਾਂ ਦੀ ਸੇਵਾ ਕਰਦੇ ਹਾਂ, ਦੋਨੇ ਭਰਾ, ਮੇਰਾ ਛੋਟਾ ਭਰਾ ਵੀ ਮਨਜਿੰਦਰ ਕਾਕੂ, ਉਹ ਵੀ ਦਿਨ ਰਾਤ, ਅਸੀਂ ਕਿਸੇ ਨੂੰ ਕੋਈ ਵੀ ਸਮੱਸਿਆ ਹੋਵੇ ਹਰ ਕਿਸੇ ਨਾਲ ਦਿਨ ਰਾਤ ਹਾਜ਼ਰ ਹਾਂ ਜੀ। ਜਿਹੜੀ ਆਪਾਂ ਲੋਕਾਂ ਦੀ ਸੇਵਾ ਕਰਨੀ ਆ, ਉਹ ਇੱਕ ਅਲੱਗ ਤੋਂ, ਉਹ ਰਾਜਨੀਤਿਕ ਦੇ ਨਾਲ ਉਹਦਾ ਕੋਈ ਸੰਬੰਧ ਨਹੀਂ ਹੈਗਾ ਜੀ। ਦੇਖੋ ਜੀ, ਰਵਾਇਤੀ ਪਾਰਟੀਆਂ ਤੋਂ ਲੋਕ ਇੰਨੇ ਦੁਖੀ ਹੋ ਚੁੱਕੇ ਨੇ ਕਿਉਂਕਿ ਇੱਕ ਦੂਜੇ ਤੋਂ ਵੱਧ ਵੱਧ ਕੇ ਕਰਜ਼ਾ ਚੱਕਦੇ ਨੇ ਜੀ। ਉਹ ਜਿਹੜਾ ਕੁਛ ਸਾਡੇ 'ਤੇ ਲਾਈ ਜਾਂਦਾ, ਸਾਡਾ ਹੀ ਲਾਈ ਜਾਂਦਾ ਜੀ। ਉਹ ਪਤਾ ਨਹੀਂ ਸਾਨੂੰ ਹੀ ਅਖੀਰ 'ਤੇ ਭਰਨਾ ਪਵੇ ਸਾਰਿਆਂ ਨੂੰ। ਅਸੀਂ ਕੇਜਰੀਵਾਲ ਸਾਹਿਬ ਦੀਆਂ ਨੀਤੀਆਂ ਨੂੰ ਦੇਖਦੇ ਹੋਏ, ਜੋ ਦਿੱਲੀ ਦੇ ਵਿੱਚ ਕੀਤਾ ਐਜੂਕੇਸ਼ਨ ਮੇਨ ਅਤੇ ਹੈਲਥ, ਉਹਨੂੰ ਦੇਖਦੇ ਹੋਏ ਅਸੀਂ ਇਹ ਫੈਸਲਾ ਕੀਤਾ। ਸਾਰੇ ਯੂਥ ਨੇ ਮੈਨੂੰ, ਪੂਰੇ ਇਲਾਕੇ ਦਾ ਯੂਥ ਮਿਲਿਆ ਮੈਨੂੰ, ਉਹ ਕਹਿੰਦੇ ਵੀ ਆਪਾਂ ਡਿਸੀਜਨ ਸਹੀ ਲਈਏ, ਕੇਜਰੀਵਾਲ ਸਾਹਿਬ ਨਾਲ ਆਪਾਂ ਨੂੰ ਜਾਣਾ ਚਾਹੀਦਾ। ਮਨ ਮੇਰਾ ਵੀ ਸੀਗਾ, ਚਲੋ ਸਾਰਿਆਂ ਨੇ ਫਿਰ ਵੀ ਮੈਨੂੰ ਆਪਦੇ ਤੌਰ 'ਤੇ, ਜਿੰਨੇ ਵੀ ਯੂਥ ਵਾਲੇ ਸੀ ਪੂਰੇ ਹਲਕੇ ਦੇ, ਸਾਰਿਆਂ ਨੇ ਮੈਨੂੰ ਇਹ ਰਾਏ ਦਿੱਤੀ। ਹੁਣ ਜਿਹੜੀ ਅੱਜ ਦਾ ਟਾਈਮ ਆ, ਚਲੋ ਇਹ ਤਾਂ ਪਰਮਾਤਮਾ ਦੇ ਹੱਥ ਆ ਜੀ, ਕਿਹਦੇ ਸਿਰ 'ਤੇ ਤਾਜ ਸਜਣਾ ਕੀ ਹੋਣਾ, ਪਰ ਮਨ ਦੇ ਵਿੱਚ ਜ਼ਰੂਰ ਆ ਵੀ ਕਦੇ ਮੌਕਾ ਮਿਲੇ ਵੀ ਰਾਏਕੋਟ ਹਲਕੇ ਦੀ ਸੇਵਾ ਕਰੀਏ। ਕਿਉਂਕਿ ਫਾਦਰ ਸਾਹਿਬ ਵੀ 1998 ਤੋਂ ਲਗਾਤਾਰ ਨਗਰ ਕੌਂਸਲ ਦੇ ਮੀਤ ਪ੍ਰਧਾਨ ਰਹੇ ਨੇ। ਇਹ ਤਾਂ ਜੀ ਪਾਰਟੀ ਨੇ ਦੇਖਣਾ, ਗਰਾਊਂਡ ਲੈਵਲ 'ਤੇ ਇਹ ਪਾਰਟੀ ਆ। ਚਲੋ MLA ਦੀ ਟਿਕਟ ਤਾਂ ਜੀ, ਜੇ ਪਹਿਲਾਂ ਵੀ ਆਪਾਂ ਸੋਚੀਏ, ਤਿੰਨ ਵਾਰੀ ਰਹਿ ਗਏ। 2012 ਦੇ ਵਿੱਚ ਆਪਣੇ ਕੋਲ ਆਏ ਸੀਗੇ PP ਵਾਲੇ ਜੀ, ਉਹ ਆਪਾਂ ਨੂੰ ਟਿਕਟ ਬਾਰੇ ਕਹਿ ਰਹੇ ਸੀਗੇ ਵੀ ਹਾਂ ਤੁਸੀਂ ਸਾਡੇ ਵੱਲੋਂ ਲੜੋ। ਚਲੋ ਫਾਦਰ ਸਾਹਿਬ ਨੇ ਕਿਹਾ ਵੀ ਜਿੱਥੇ ਜੁੜੇ ਹੋਏ ਨੇ ਜੀ, ਟੁੱਟਣਾ ਬੜਾ ਔਖਾ ਹੁੰਦਾ। ਤਲਵੰਡੀ ਪਰਿਵਾਰ ਦੇ ਨਾਲ ਅਸੀਂ ਸ਼ੁਰੂ ਤੋਂ ਜੁੜੇ ਹੋਏ ਸੀਗੇ, ਇਸ ਕਰਕੇ ਹੋਰ ਪਾਰਟੀ ਦੇ ਵਿੱਚ ਜਾਣਾ ਸਾਡਾ ਮਨ ਨਹੀਂ ਬਣਦਾ ਸੀਗਾ। ਹੁਣ ਜਦੋਂ ਕੇਜਰੀਵਾਲ ਸਾਹਿਬ ਦਾ ਦਿੱਲੀ ਦੇ ਵਿੱਚ ਦੇਖਿਆ, ਫਿਰ ਹੁਣ ਜੇ ਇੱਕ ਨੌਜਵਾਨ ਨਹੀਂ ਸੋਚੂਗਾ ਵੀ ਆਪਾਂ ਪੰਜਾਬ ਦਾ ਵਿਕਾਸ ਦੇਖੀਏ, ਤਾਂ ਫਿਰ ਹੋਰ ਕੌਣ ਸੋਚੂਗਾ ਜੀ। ਦੇਖੋ ਜੀ, ਮੈਂ ਅੱਜ ਤੱਕ ਜਿੰਨੇ ਵੀ ਯੂਥ ਦੇ ਵਿੱਚ ਰਿਹਾ, ਮੈਂ ਯੂਥ ਅਕਾਲੀ ਦਲ ਦਾ ਸਰਕਲ ਪ੍ਰਧਾਨ ਰਿਹਾ, ਮੈਂ ਕੋਈ ਵੀ ਬਰਾਦਰੀ ਦੇ ਵਿੱਚੋਂ ਇਹੋ ਜਿਹਾ ਸਟੂਡੈਂਟ ਨਹੀਂ ਸੀਗਾ, ਕੋਈ ਵੀ ਲੜਕਾ ਵੀ ਜਿਹਨੂੰ ਮੈਂ ਅਹੁਦਾ ਨਹੀਂ ਦਿੱਤਾ। ਹਰੇਕ ਕਾਸਟ ਦੇ ਨਾਲ ਸੰਬੰਧਿਤ ਬੰਦੇ ਨੂੰ ਮੈਂ, ਉਹਨੂੰ ਯੂਥ ਦੇ ਵਿੱਚ ਜੋ ਬਣਨ ਦਾ ਮਾਣ ਸਨਮਾਨ ਸੀ ਉਸ ਟਾਈਮ ਵੀ ਦਿੱਤਾ ਜੀ। ਠੀਕ ਆ, ਸਾਰੇ ਵਰਗਾਂ ਨੂੰ ਆਪਣਾ ਨਾਲ ਲੈ ਕੇ ਚੱਲਣ ਦਾ ਫਰਜ਼ ਆ ਜੀ, ਆਪਾਂ ਨੂੰ ਜਾਤੀ ਤੌਰ ਦੇ ਉੱਤੇ ਇਹ ਨਹੀਂ ਬਣਨਾ ਚਾਹੀਦਾ ਜੀ। ਮੈਂ ਤਾਂ ਇਹ ਹੈਰਾਨ ਹਾਂ ਵੀ ਇੰਨਾ ਟਾਈਮ ਹੋ ਗਿਆ ਕਿਸਾਨਾਂ ਨੂੰ, ਸਾਡਿਆਂ ਨੂੰ, ਬੈਠਿਆਂ ਨੂੰ, ਮੈਂ ਵੀ ਦਿੱਲੀ 4 ਵਾਰੀ ਜਾ ਚੁੱਕਿਆ ਜੀ, ਅਤੇ ਪਤਾ ਨਹੀਂ ਸਰਕਾਰ ਟਸ ਤੋਂ ਮਸ ਨਹੀਂ ਹੋ ਰਹੀ। ਇਹ ਹੁਣ ਪਤਾ ਕੀ ਗੱਲ ਹੈ, ਇੱਕ ਕਿਸਾਨਾਂ ਨੇ ਵੀ ਇੱਥੋਂ ਲੋਕਾਂ ਦਾ ਮਨ ਬਣਿਆ ਹੋਇਆ, ਕਿਉਂਕਿ ਜ਼ਿਮੀਂਦਾਰ ਪਰਿਵਾਰਾਂ ਦੇ ਵੀਰ ਵੀ ਸਾਡੇ ਨਾਲ ਨੇ, ਉਹਨਾਂ ਦਾ ਇਹੀ ਹੈ ਵੀ ਕੇਜਰੀਵਾਲ ਸਾਹਿਬ ਪੰਜਾਬ 'ਚੋਂ ਚੋਣ ਜਿੱਤ ਕੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦਾ CM ਬਣੇ, ਅਤੇ ਉਸ ਤੋਂ ਬਾਅਦ ਇੱਕੋ ਹੀ ਨੇ ਵੀ ਜਿਹੜੇ ਮੋਦੀ ਨਾਲ ਟੱਕਰ ਲੈ ਸਕਦੇ ਆ, ਸਾਡੇ ਪੰਜਾਬ ਦਾ ਕੋਈ ਭਲਾ ਹੋ ਸਕਦਾ। ਇਸ ਕਰਕੇ ਨੌਜਵਾਨਾਂ ਨੇ ਆਪਦਾ ਮਨ ਬਣਾਇਆ ਹੋਇਆ ਜੀ। ਦੇਖੋ ਜੀ, ਪਤਾ ਕੀ ਗੱਲ ਆ, ਸਰਕਾਰ ਦੇ ਵਿੱਚ ਮੈਂ ਸਰਕਲ ਪ੍ਰਧਾਨ, ਕੌਮੀ ਮੀਤ ਪ੍ਰਧਾਨ, ਫਾਦਰ ਸਾਹਿਬ ਨਾਲ ਮੀਤ ਪ੍ਰਧਾਨ ਸੀਗੇ, ਚੰਗਾ ਤਲਵੰਡੀ ਸਾਹਿਬ ਨਾਲ ਵੀ ਵਧੀਆ ਸੀਗਾ, ਰੁਤਬਾ ਵੀ ਵਧੀਆ ਸੀ, ਕੋਈ ਐਂ ਨਹੀਂ ਸੀਗਾ। ਅਤੇ ਉਸ ਟਾਈਮ ਵੀ ਕਦੇ ਮਨ ਦੇ ਵਿੱਚ ਨਹੀਂ ਆਇਆ, ਮੈਨੂੰ ਤਾਂ ਨਹੀਂ ਲੱਗਦਾ ਕਿ ਪਰਮਾਤਮਾ ਕੋਈ ਸਾਡੇ ਮਨ ਦੇ ਵਿੱਚ ਇਹੋ ਜਿਹੀ ਗੱਲ ਆਊਗੀ ਵੀ ਜਿਹਦੇ ਨਾਲ ਅਸੀਂ ਲੋਕਾਂ ਦਾ ਫੋਨ ਨਾ ਚੱਕੀਏ। ਅਸੀਂ ਤਾਂ ਚਾਹੁੰਦੇ ਵੀ ਅਸੀਂ ਪਬਲਿਕ ਨਾਲ ਜੁੜੇ ਰਹੀਏ ਅਤੇ ਹੇਠਲੇ ਲੈਵਲ 'ਤੇ ਸਾਰਿਆਂ ਨਾਲ ਵਿਚਰਦੇ ਰਹੀਏ। PA ਵਾਲੀ ਤਾਂ ਕਦੇ ਗੱਲ ਸੋਚੀ ਵੀ ਨਹੀਂ ਬਈ। ਦੇਖੋ ਜੀ, ਜਿਹੜੇ ਤਾਂ ਹੈਗੇ ਨੇ ਫੈਸਲੇ, ਇਹ ਤਾਂ ਪਾਰਟੀ ਦੇ ਜਿਹੜੇ ਕਨਵੀਨਰ ਸਾਹਿਬ ਨੇ ਉਹਨਾਂ ਨੇ ਲੈਣੇ ਆ ਜੀ। ਮੈਂ ਤਾਂ ਇਹ ਕਹਿ ਸਕਦਾ ਵੀ ਜੋ ਵੀ ਹੋਊਗਾ ਪੂਰਾ ਆਪਣੇ ਵਧੀਆ ਤਰੀਕੇ ਨਾਲ ਪੰਜਾਬ ਦੇ ਵਿੱਚ, ਇਕੱਲਾ ਪੁਲਿਸ ਮਹਿਕਮਾ ਨਹੀਂ, ਇਕੱਲਾ ਹੋਰ ਕੋਈ, ਆਪਾਂ ਜੇ ਇੱਕ ਮਹਿਕਮੇ ਦੀ ਗੱਲ ਕਰੀਏ, ਮੈਨੂੰ ਤਾਂ ਇਹ ਲੱਗਦਾ ਕਿ ਸਾਰਾ ਕੁਛ ਆਪਣੇ ਪੰਜਾਬ ਦਾ ਠੀਕ ਹੋ ਜੂਗਾ ਜੀ। ਇੱਕ ਵਾਰੀ ਮੌਕਾ ਦੇਣਾ ਚਾਹੀਦਾ, ਹਰ ਬੰਦਾ ਸੋਚਦਾ ਕਿ ਸਾਡੇ ਪੰਜਾਬ ਦਾ ਕੁਛ ਬਣ ਜਾਵੇ। ਇੱਕ ਚੀਜ਼ ਜੀ ਹਰ ਇੱਕ ਦੇ ਮਨ ਦੇ ਵਿੱਚੋਂ ਉੱਠਦੀ ਆ ਕਿ ਪੰਜਾਬ ਤਰੱਕੀ ਦੇ ਰਾਹ ਦੇ ਉੱਤੇ ਜਾਵੇ, ਪਰ ਕੁਛ ਕਰ ਨਹੀਂ ਸਕਦਾ। ਇਸ ਵਾਰੀ ਇਕੱਲੇ ਇਕੱਲੇ ਬੰਦੇ ਦਾ ਮਨ ਬਣਿਆ ਵੀ ਇੱਕ ਵਾਰੀ ਕੇਜਰੀਵਾਲ ਜੀ ਦੀ ਪੰਜਾਬ ਦੇ ਵਿੱਚ ਸਰਕਾਰ ਜ਼ਰੂਰ ਬਣਾਉਣੀ ਆ। ਮੈਂ ਆਪ ਪਿੰਡਾਂ ਦੇ ਵਿੱਚ ਜਾ ਕੇ ਬੈਠ ਕੇ ਫਾਰਮ ਭਰ ਕੇ ਆਇਆ, ਸ਼ਹਿਰ ਦੇ ਰਾਏਕੋਟ ਦੇ ਵਿੱਚ ਬੈਠ ਕੇ ਫਾਰਮ ਭਰੇ ਨੇ, ਆਪਣੇ ਹੋਲਡਿੰਗ ਲਾਉਣ ਗਿਆ ਖੁਦ ਨਾਲ, ਉੱਥੇ ਵੀ ਲੋਕਾਂ ਨੇ ਇਹ ਕਿਹਾ ਪਹਿਲੀ ਵਾਰੀ ਹੋਇਆ ਵੀ ਤੁਸੀਂ ਸਾਡੀ ਕੰਧ 'ਤੇ ਲਾਓ, ਅਤੇ ਫਾਰਮ ਵੀ ਲੋਕ ਐਂ ਖੜ ਖੜ ਕੇ ਲਾਈਨਾਂ ਦੇ ਵਿੱਚ ਭਰਾਉਂਦੇ ਨੇ। ਲੋਕ ਉੱਥੇ ਆ ਕੇ ਕਰਦੇ ਨੇ ਵੀ ਅਸੀਂ ਰਵਾਇਤੀ ਪਾਰਟੀਆਂ ਤੋਂ ਬਹੁਤ ਦੁਖੀ ਹਾਂ, ਇੱਕ ਵਾਰੀ ਤੁਹਾਨੂੰ ਮੌਕਾ ਦੇਣਾ ਹੀ ਦੇਣਾ। ਲੋਕ ਇਹ ਕਹਿੰਦੇ ਵੀ ਤੁਸੀਂ ਇਹ ਨਾ ਸੋਚੋ
भी जिहड़े तुसीं बिजली दे फार्म भर रहे हो भी असीं उन्हां करके असीं वैसे ही केजरीवाल दी सोच ते असीं वोट ऐतकी आम आदमी झाड़ू नहीं पाउणी आ। लोकां दा मन बणिया होया जी ते आउण वाली सरकार अरविंद केजरीवाल जी दी पंजाब दे विच होऊगी। नहीं जी, तो इलाके दी साडे दी पूरी डिमांड सीगी ते पिछले एक साल तो सानू अड़ीक हो रही सीगी कि मनजीत सिंह नूं जां मुलखरा अंकल जी नूं शामिल कीता जावे जां कोई सानू चंगी शखीयत मिले, ठीक आ, ਤਾਂ ਕਿ ਹਲਕੇ ਦੀ ਅਸੀਂ ਸੇਵਾ ਕਰ ਸਕੀਏ, ਸਾਡੀ ਪਾਰਟੀ ਦਾ ਮਾਣ ਵਧਿਆ ਵੀ ਇਹ ਆਏ ਨੇ ਅਤੇ ਉਦੋਂ ਦੀ ਸਾਡੇ ਲੋਕ ਆ ਕੇ ਆਪ ਇਹਨਾਂ ਨੂੰ ਮਿਲ ਰਹੇ ਨੇ ਅਤੇ ਉਹ ਕਹਿ ਰਹੇ ਨੇ ਵੀ ਤੁਸੀਂ ਬਸ ਤੁਹਾਡੇ ਨਾਲ ਆ, ਤੁਸੀਂ ਹਿੰਮਤ ਨਾਲ ਕੰਮ ਕਰੋ, ਠੀਕ ਹੈ, ਜੁਟੇ ਰਹੋ। ਨਹੀਂ ਜੀ, ਇਹ ਤਾਂ ਇੱਦਾਂ ਲੱਗਦਾ ਵੀ ਜਿਵੇਂ 2017 ਦੀ ਜਿਹੜੀ ਹਵਾ ਸੀ ਉਹ ਕਿਸ ਹੋਰ ਹਿਸਾਬ ਦੀ ਸੀ, ਇਸ ਵਾਰ ਤਾਂ ਗਰੰਟਡ ਹੀ ਲੱਗਦਾ ਸਾਰਾ ਕੁਛ। ਲੋਕ ਆਪਣੇ ਮੂੰਹਾਂ 'ਚੋਂ ਆ ਕੇ ਆਪ ਕਹਿ ਰਹੇ ਨੇ, ਸਾਰੇ ਗਲੀ ਬਹੱਲ ਸਾਰੇ ਕਹਿ ਰਹੇ ਨੇ ਵੀ ਇਸ ਵਾਰ ਝਾੜੂ, ਕਿਉਂਕਿ ਸਾਨੂੰ ਨਾ ਜੀ ਰਵਾਇਤੀ ਪਾਰਟੀਆਂ ਤੋਂ ਕਦੇ ਕੁਛ ਵੀ ਨਹੀਂ ਮਿਲਿਆ, ਹਰ ਇੱਕ ਬੰਦਾ ਟੁੱਟ ਚੁੱਕਿਆ ਅੰਦਰ ਤੋਂ, ਇੰਨੀ ਮਹਿੰਗਾਈ ਹੋ ਗਈ ਆ 5 ਸਾਲਾਂ ਦੇ ਅੰਦਰ ਅੰਦਰ ਹੀ, ਤਾਂ ਕਰਕੇ ਕਹਿ ਰਹੇ ਨੇ ਕਿ ਝਾੜੂ ਦੀ ਸਰਕਾਰ ਜ਼ਰੂਰ ਹੋਣੀ ਚਾਹੀਦੀ ਹੈ ਅਰਵਿੰਦ ਕੇਜਰੀਵਾਲ ਜੀ ਦੀ। ਜੀ ਸਰ, ਮੈਂ ਕਹਿਣਾ ਚਾਹੁੰਦਾ ਵੀ ਇਸ ਪਰਿਵਾਰ ਨੂੰ, ਮਾਨਦਰ ਪਰਿਵਾਰ ਨੂੰ ਇੱਕ ਮੌਕਾ ਜ਼ਰੂਰ ਮਿਲਣਾ ਚਾਹੀਦਾ। ਹਾਂਜੀ ਸਰ, ਮੈਂ ਜ਼ਰੂਰ ਇੱਕ ਗੱਲ ਕਹਿਣਾ ਚਾਹੁੰਦਾ, ਸਾਡੇ ਮੁਲਖਰਾਜ ਅੰਕਲ ਜੀ ਸ਼ੁਰੂ ਤੋਂ ਹੀ ਗਰੀਬ ਪਰਿਵਾਰ ਦੇ ਨਾਲ ਹਮੇਸ਼ਾ ਲਈ ਖੜ੍ਹੇ ਨੇ, ਅਤੇ ਮੇਰਾ ਭਰਾ ਮਨਜੀਤ ਸਿੰਘ ਰਾਏਕੋਟ ਇਹ ਵੀ ਸ਼ੁਰੂ ਤੋਂ ਸਾਡੇ ਯੂਥ ਨਾਲ ਜੁੜਿਆ ਰਿਹਾ ਵਾ ਅਤੇ ਸਾਡੇ ਹਰ ਇੱਕ ਹੈਲਪ ਲਈ ਸਾਡੀ ਕਰਦਾ ਰਿਹਾ ਬਾਈ। ਅਸੀਂ ਬਾਈ ਜੀ ਇਹੀ ਕਹਿਣਾ ਚਾਹੁੰਦੇ ਹਾਂ ਵੀ ਅਸੀਂ ਐਤਕੀ ਆਮ ਆਦਮੀ ਪਾਰਟੀ ਦੀ ਸਰਕਾਰ ਚਾਹੁੰਦੇ ਹਾਂ। ਸਾਡਾ ਵੀਰ ਮਨਜੀਤ ਸਿੰਘ ਜੋ ਕਿ ਗਰਾਊਂਡ ਲੈਵਲ ਤੋਂ ਹੀ ਐਤਕੀ ਇਹਨਾਂ ਨੇ ਪ੍ਰਣ ਕੀਤਾ ਵੀ ਅਸੀਂ ਐਤਕੀ ਝਾੜੂ ਬੰਨੀ ਹਾਂ, ਅਤੇ ਅਸੀਂ ਇਹੀ ਚਾਹਵਾਂਗੇ ਵੀ ਹਰ ਇੱਕ ਵਰਗ ਦਾ ਬੰਦਾ ਜੋ ਵੀ ਆ ਸਾਡੇ ਨਾਲ ਜੁੜੇ। ਅਸੀਂ ਜੀਰੋ ਲੈਵਲ ਤੋਂ ਉੱਠੇ ਹਾਂ, ਜੀਰੋ ਲੈਵਲ 'ਤੇ ਅਸੀਂ ਹੈਗੇ ਹਾਂ, ਇੱਦਾਂ ਦੀ ਕੋਈ ਗੱਲ ਨਹੀਂ ਹੈਗੀ ਵੀ ਕੋਈ ਗਲਤ ਅਸੀਂ ਕੰਮ ਨਹੀਂ ਕਰਾਂਗੇ। ਅਸੀਂ ਪ੍ਰਣ ਕਰਦੇ ਹਾਂ ਵੀ ਸਾਨੂੰ ਆਮ ਆਦਮੀ ਪਾਰਟੀ 'ਤੇ ਪੂਰਾ ਭਰੋਸਾ ਵਾ, ਮਨਜੀਤ ਸਿੰਘ ਜੀ 'ਤੇ ਸਾਨੂੰ ਪੂਰਾ ਭਰੋਸਾ, ਮੁਲਖਰਾਜ ਅੰਕਲ ਜੀ 'ਤੇ ਸਾਨੂੰ ਪੂਰਾ ਭਰੋਸਾ, ਅਸੀਂ ਇਸੇ ਕਰਕੇ ਹੀ ਵੀਰ ਦੇ ਨਾਲ ਖੜ੍ਹੇ ਹਾਂ।